ਕਿੰਨੀ ਸੋਹਣੀ ਲੱਗੀ ਆ। ਹਾਂ ਇਹ ਤਾਂ ਬੜੀ ਸੋਹਣੀ ਲੱਗੀ, ਹੁਣ ਅੱਗੇ ਵੀ ਸੋਹਣੇ ਸੋਹਣੇ ਲਾ ਫਿਰ। ਹਾਏ ਆ ਬੜੀ ਪੁਰਾਣੀ ਜੀ ਲੱਗਦੀ। ਨਾ ਨਾ ਨਵੀਂ ਹੈ। ਨਵੀਂ ਆ? ਹਾਂ ਦਿਨ ਨਿਕਲ ਗਈ। ਕੋਈ ਨਹੀਂ ਕੋਈ ਗੱਲ ਨਹੀਂ, ਸਾਫ ਹੋ ਜਾਓ। ਨੇਲ ਪੇਂਟ ਲਾਣਾ ਵਧੀਆ ਲੱਗਦਾ ਤੈਨੂੰ? ਇਹਦਾ ਜੀ ਕਰਦਾ ਦੁਕਾਨ ਹੀ ਪਾਲਾ। ਅੱਛਾ ਰੈਡ ਰੈਡ ਤੇ ਲੱਗੀ ਆ। ਕੋਈ ਨਹੀਂ, ਹੋਰ ਥੋੜੀ ਜਿਹੀ ਮਾੜੀ ਜਿਹੀ ਲਾ ਦੇ। ਵਾਈਟ ਲਾ ਦੇ। ਵਾਈਟ ਲਾ ਦੇ, ਨਿਕਲ ਜਾ ਵਾਈਟ। ਆ ਵਾਈਟ ਮੇਰਾ ਉਹਦਾ ਫੇਵਰੇਟ ਕਲਰ ਨਹੀਂ ਹੈ। ਨਹੀਂ ਹੈ? ਮੇਰਾ ਤਾਂ ਸਭ ਤੋਂ ਜ਼ਿਆਦਾ ਫੇਵਰੇਟ ਵਾਈਟ ਹੈ। ਮੇਰਾ ਪਤਾ ਕਿਹੜਾ ਹੈ? ਮੇਰਾ ਹੈਗਾ ਬਲੈਕ। ਜ਼ਿਆਦਾ ਨਹੀਂ ਇਹ ਉਹ ਦੂਜੇ ਕਲਰ ਵਰਗੀ ਲੱਗਣ ਦੀ, ਪਰਪਲ ਜਿਹਾ ਜਿਹੜਾ ਹੁੰਦਾ ਹੈ ਵਾਈਟ ਵਰਗਾ। ਅੱਜ ਇੱਕ ਬੱਚਾ ਗਾਣਾ ਗਾ ਰਿਹਾ ਸੀ, ਕਹਿੰਦਾ ਕਾਲੀਆਂ ਐਨਕਾਂ ਨਾ ਲਾਇਆ ਕਰ, ਤੂੰ ਪਹਿਲਾਂ ਹੀ ਸੋਹਣੀ ਹੈ। ਵਧੀਆ ਸੀ ਗਾਣਾ ਕਿ ਨਹੀਂ? ਇਹ ਕਿੰਨਾ ਗਿਆ, ਮੈਨੂੰ ਇਹਦੇ ਤੋਂ ਵੀ ਵੱਡਾ ਹੁੰਦਾ। ਕਿਹੜਾ? ਜਿੱਦਾਂ ਕਿਸੇ ਦਾ ਵਿਆਹ ਹੋਏਗਾ, ਉਦੋਂ ਜਿੱਦਣ ਮੇਰੇ ਚਾਚੇ ਦਾ ਹੋਏਗਾ ਨਾ, ਉਦੋਂ। ਹਾਏ ਬੜੀ। ਇੱਕ ਲਾਈਨ ਸੁਣਾ ਦੇ ਹੁਣ। ਓਏ ਖੋਲ, ਜ਼ੋਰ ਨਹੀਂ ਹੈਗਾ, ਮੁੰਡਾ ਨਹੀਂ ਹੈਗਾ ਤੂੰ, ਜ਼ੋਰ ਦਾ ਜ਼ੋਰ ਲਾ। ਆ ਖੁੱਲ ਗਿਆ, ਆਹ ਬੰਦਾ ਹੈ। ਮੈਂ ਤਾਂ ਕੱਟੀ ਵੀ ਇੱਕ ਦਿਨ ਥੱਲੇ ਡੇਗਦੀ। ਅੱਛਾ ਪੂਰੇ ਜ਼ੋਰ ਹੈ ਤੇਰੇ ਅੰਦਰ, ਹੈ ਨਾ ਤਾਕਤ। ਮੈਂ ਤਾਂ ਮੰਮਾ ਨੂੰ ਵੀ ਕਹਿੰਦਾ ਉਹ ਲਾ ਦੋ, ਜਿਹੜੇ ਹੁੰਦੇ ਨਾ ਉਹ ਕਸਰਤ ਵਾਲਾ ਰੂਮ, ਉਹ ਪਾ ਦਿਓ ਇੱਕ। ਮੰਮਾ ਕਹਿੰਦਾ ਪਾ ਦਾਂਗੇ ਜੇ ਵੱਡਾ ਹੋਏਗਾ। ਕੀ ਪਾ ਦਾਂਗੇ? ਉਹ ਕਸਰਤ ਰੂਮ। ਅੱਛਾ ਜਿਮ ਵਾਲਾ ਰੂਮ। ਹਾਂ ਉਹ ਬੜਾ ਸੋਹੀ ਹੈ, ਉਹਦੇ ਵਿੱਚ ਤਾਂ ਤੇਰੀ ਬੋਡੀ ਵੀ ਬਣ ਜੂਗੀ। ਮੈਂ ਫੋਨ ਨਾ ਟੀਵੀ ਤੇ ਵੇਖਿਆ ਹੈ, ਬੜਾ ਪਹਿਲਵਾਨ ਹੋਇਆ ਮੁੰਡਾ। ਅੱਛਾ ਤੂੰ ਪਹਿਲਵਾਨ ਬਣਨਾ? ਓਏ ਹੁਣੇ ਹਜੇ ਪੈਦਾ ਹੋਏ ਤਾਂ ਵੀ ਏਡਾ ਭਾਰ ਚੁੱਕ ਲਿਆ ਬੱਚੇ ਨੇ, ਪਹਿਲਵਾਨ ਬਣ ਗਿਆ। ਤੇ ਤੂੰ ਵੱਡਾ ਹੋ ਕੇ ਪਹਿਲਵਾਨ ਬਣੇਗਾ ਕਿ ਕੁਛ ਹੋਰ ਬਣਨਾ? ਪਹਿਲਵਾਨ ਫੌਜੀ। ਹਾਂ ਇਹ ਸਹੀ ਹੈ, ਪਹਿਲਵਾਨ ਵੀ ਹੋਣਾ ਤੇ ਫੌਜੀ ਵੀ ਹੋਣਾ। ਮੈਨੂੰ ਤਾਂ ਬੜੇ ਪਸੰਦ ਹੈ ਫੌਜੀ, ਤੇ ਮੈਨੂੰ ਪਹਿਲਵਾਨ ਵੀ ਪਸੰਦ ਹੈ। ਮੇਰਾ ਜੀ ਕਰਦਾ ਮੈਂ ਕਿ ਕੰਪੀਟੀਸ਼ਨ 'ਚ ਚੈਲੇਂਜ ਲਵਾਂ, ਪਰ ਮੇਰੇ ਕੋਲ ਪੈਸੇ ਨਹੀਂ ਹੈਗੇ। ਪੈਸੇ ਤਾਂ ਮੈਂ ਦੇ ਦੇਵਾਂਗੀ ਤੈਨੂੰ, ਤੂੰ ਦੱਸ ਦੇ ਮੈਨੂੰ ਕਿੰਨੇ ਪੈਸੇ ਚਾਹੀਦੇ। 500 ਮੈਂ ਦੇ ਦੇਵਾਂਗੀ, ਤੂੰ ਜਿੱਥੇ ਵੀ ਕੰਪੀਟੀਸ਼ਨ ਹੋਏਗਾ ਉੱਥੇ ਜਾਣਾ ਹੈ। ਪਰ ਕਈ ਕੰਪੀਟੀਸ਼ਨ ਜਿਹੜਾ ਬੋਲਣ ਵਾਲੇ ਹੁੰਦੇ ਉਹਨਾਂ ਨੂੰ ਉਹਦੀ ਮੈਂ ਤਿਆਰੀ ਕਰਾ ਦੇਵਾਂਗੀ। ਉਹਦੇ 'ਤੇ ਕਿਹਾ ਹੈ ਵੀ ਮੁੰਡਿਆਂ ਨੇ ਨਹੀਂ ਕਰਨਾ, ਕੁੜੀਆਂ ਨੇ ਇਕੱਲਾ ਕਰਨਾ ਹੈ, ਕੋਈ ਮੁੰਡਾ ਨਹੀਂ ਉਹਦਾ। ਅੱਛਾ ਲੱਗ ਗਈ ਪੈ ਉੱਧਰ ਦੀ, ਉੱਧਰ ਦੀ ਵੀ ਲਾਣੀ ਹੈ ਚਲਾਕੀਆਂ ਨੇ।